ਅਦਾਬ ਐ ਸਤਿ ਸ਼੍ਰੀ ਅਕਾਲ ਮੈਂ ਹਾਂ ਜੀ ਤੁਹਾਡੀ ਆਪਣੀ ਅਰੂਸਾ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਸਪੌਟਲਾਈਟ ਉਹ ਸ਼ੋ ਜਿੱਥੇ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਤੁਹਾਡੇ ਫੇਵਰਿਟ ਸਟਾਰਸ ਦੇ ਨਾਲ ਤੇ ਉਹ ਕਰਦੇ ਨੇ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਉਹ ਸ਼ਖਸੀਅਤ ਜਿਨ੍ਹਾਂ ਦਾ ਇੱਕ ਬੜਾ ਹੀ ਕਿਊਟ ਜਿਹਾ ਗਾਣਾ ਕਿਊਟ ਸਮਾਈਲ YouTube ਤੇ ਰਿਲੀਜ਼ ਹੋ ਚੁੱਕਿਆ ਤੇ ਧਮਾਲਾਂ ਪਾ ਰਿਹਾ ਮੈਂ ਗੱਲ ਕਰ ਰਹੀ ਹਾਂ ਜੀ ਸੁਖਰਾਜ ਮਾਨ ਜੀ ਦੀ ਵੈਲਕਮ ਟੂ ਦ ਸ਼ੋ ਸਰ अच्छा सर सबसे थो sure थो पहले तो कांग्रेचुलेशंस बहुत-बहुत मुबारकान ਤੁਹਾਨੂੰ ਤੁਹਾਡਾ ਗਾਣਾ ਕਿਊਟ ਸਮਾਇਰ ਜਨਤਾ ਨੂੰ ਬਹੁਤ ਪਸੰਦ ਆ ਰਿਹਾ ਹੈ YouTube ਤੇ ਧਮਾਲਾਂ ਪਾ ਰਿਹਾ ਤੇ ਆਈ ऍम श्योर ਤੁਹਾਨੂੰ ਬਹੁਤ ਖੁਸ਼ੀ ਹੋਏਗੀ ਕਿ ਇਹ ਗਾਣਾ ਇੰਨਾ ਵਧੀਆ ਚੱਲ ਰਿਹਾ ਹੈ ਮੈਂ ਨਾ ਤੁਹਾਡੇ ਤੋਂ ਸਾਰੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਪੁੱਛਣੀ ਹੈ ਕਿ ਗਾਣਾ ਲਿਖਿਆ ਕਿੰਨੇ ਨੇ थैंक यू मैम ਪਹਿਲੇ ਤਾਂ पीटीसी ਪੰਜਾਬੀ ਨੈਟਵਰਕ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹਨਾਂ ਨੇ ਤੁਸੀਂ ਮੈਨੂੰ ਇੱਥੇ ਬੁਲਾਇਆ ਮਾਨ ਬਖਸ਼ਿਆ ਬਹੁਤ-ਬਹੁਤ थैंक यू ਆ ਮਰ ਗਾਣਾ ਹੈ ਕਿ ਜੋ ਲਿਖਿਆ ਹੈ ਉਹ ਮੈਂ ਖੁਦ ਲਿਖਿਆ ਹੈਗਾ ਨਾ ਵਧੀਆ ਬੀਟ Song ਹੈ ਹੋਰ ਲੋਕਾਂ ਨੂੰ ਪਸੰਦ ਵੀ ਆ ਰਿਹਾ ਹੈ ਮੈਂ ਲੇਕਿਨ ਇਹਦੇ ਵਿੱਚ ਗਾਣੇ ਦੇ ਵਿੱਚ ਜੋ ਸ਼ਬਦ ਯੂਜ਼ ਕੀਤੇ ਗਏ ਹਨ ਉਹ ਵਧੀਆ ਸ਼ਬਦ ਜੋ ਅੱਜ ਕੱਲ ਲੋਕ ਪਸੰਦ ਕਰ ਰਹੇ ਹਨ ਉਸ ਹਾਵ ਨਾਲ ਇਸ ਨੂੰ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਦੇ ਵਾਸਤੇ ਹਾਂ ਉਸ ਵਾਸਤੇ ਹੈ ਵਿੱਚ ਸਭ ਵੀ ਸਭ ਨੂੰ ਪਸੰਦ ਆਏਗਾ ਗਾਣਾ ਚਲੋ ਸਰ ਲਿਰਿਕਸ ਤਾਂ ਤੁਸੀਂ ਲਿਖੇ ਨੇ ਮੇਰੇ ਵਾਸਤੇ ਇਹ ਵੀ ਇੱਕ ਨਵੀਂ ਗੱਲ ਹੈ ਹੈਨਾ ਕਿ ਇੰਨਾ ਸ਼ਾਇਜ ਐ ਇੱਕ ਇਨਸਾਨ ਹੈ ਜੋ ਇੰਨੇ ਚੁੱਪਚੁਪ ਰਹਿਣ ਵਾਲਾ ਏਡੇ ਵਧੀਆ-ਵਧੀਆ ਨਵੀਂ ਜਨਰੇਸ਼ਨ ਵਾਲੇ ਗਾਣੇ ਲਿਖ ਰਿਹਾ ਤੇ 뮤직 ਇਹਨਾਂ ਦਾ ਕਿੰਨਾ ਨੇ ਦਿੱਤਾ ਜੀ ਬੜਾ ਅੱਬੀਟ ਜਿਹਾ 뮤직 ਹੈ ਹਾਂਜੀ 뮤직 ਜੋ ਵਾਇਸ ਹੈ 나জ ਅਖਤਰ ਜੀ ਹੈ ਜੋ ਆਪਣੇ ਬੰਬੇ 뮤직 ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਆ ਰਾਈਟ ਉਹ ਬੈਕਗ੍ਰਾਉਂਡ 뮤직 ਕਰਦੇ ਆ ਵਧੀਆ ਔਰ ਅੱਛਾ 뮤직 ਦਿੰਦੇ ਆ ਉਹ ਉਹਨਾਂ ਨੇ ਹੀ ਇਹਨਾਂ ਦਾ ਬੀਜ ਕਿ ਦਿੱਤਾ ਔਰ ਆਪਣੇ ਦੋਸਤ ਸੀ ਉਹ ਔਰ ਵਧੀਆ ਕੰਮ ਕਰ ਰਹੇ ਆ ਜੀ ਉਹ ਅੱਛਾ ਸਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਤੁਹਾਡੇ 뮤ਜ਼ਿਕ ਡਾਇਰੈਕਟਰ ਨੇ ਉਹ ਬੰਬੇ ਦੇ ਨੇ ਰਾਈਟ ਤੇ ਤੁਸੀਂ ਇੱਥੋਂ ਦੇ ਰਹਿਣ ਵਾਲਿਓ ਤੇ ਉਹਨਾਂ ਨੂੰ ਮਿਲਣਾ ਕਿਵੇਂ ਹੋਇਆ ਤੁਹਾਡਾ ਮੈਡਮ ਉਹ ਬੰਬੇ ਸ਼ੁਰੂ ਤੋਂ ਬੰਬੇ ਨਹੀਂ ਆਉਂ ਵੈਸੇ ਲੁਧਿਆਣੇ ਦੇ ਆ ਗੁਰਲੇ ਜਖਤਰ ਮੈਡਮ ਜੀ ਦੇ ਬ੍ਰਦਰ ਆ ਓਕੇ ਸਾਡਾ ਦੋਸਤ ਸੀਗੇ ਉਹ ਇਸ ਤਰ੍ਹਾਂ ਆਉਂਦੇ ਜਾਂਦੇ ਮਿਲਦੇ ਰਹਿੰਦੇ ਸੀਗੇ ਉਸ ਤੋਂ ਬਾਅਦ ਬਸ ਸਬਬ ਬਣਿਆ ਕਿ ਗਾਣਾ ਲਿਖਿਆ ਚਲੋ ਵੀ ਦੇਖਿਆ ਵੀ ਹਾਂ ਗਾਣਾ ਵਧੀਆ ਲਿਖਿਆ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕੀਤੀ ਕਿ ਉਹ ਬੰਬੇ ਸੀਗੇ ਬੰਬੇ ਤੋਂ ਜਦੋਂ ਆ ਹੀ ਰਹੇ ਸੀਗੇ ਉਹ ਕਿ ਬੰਬੇ ਤੋਂ ਔਰ ਉਹ ਰਸਤੇ ਸੀਗੇ ਔਰ ਮੈਂ ਫੋਨ ਲਾਇਆ ਮੈਂ ਗੱਲ ਕੀਤੀ ਮੈਂ ਕਿ ਇਸ ਤਰ੍ਹਾਂ ਕਰਕੇ ਗਾਣਾ ਕਰਨਾ ਹੈ ਉਸਨੇ ਅੱਜ ਜੀ ਕਹਿੰਦੇ ਕਹਿੰਦਾ ਭਾਵੇਂ ਆ ਰਹੇ ਹਾਂ ਬਸ ਉਹਨਾਂ ਨੇ ਗਾਣਾ ਦੇਖਿਆ ਸੁਣਿਆ ਕਹਿੰਦਾ ਗਾਣਾ ਵਧੀਆ ਬੀਸਾਂ ਨੂੰ ਪਸੰਦ ਆਏਗਾ ਵਾਰਮਡ ਰਿਸਟਰੀ ਦੇ ਵਿੱਚ ਵੀ ਬੜੀਆ ਵੀ ਐਸੇ ਚੱਲ ਰਹੇ ਹੈ ਗਾਣੇ ਵੀ ਬਹੁਤ ਵਧੀਆ ਲਿਖਿਆ ਹੈ ਹੋਰ ਆਪਾਂ ਇਸ ਦਾ ਮਿਊਜ਼ਿਕ ਦੇ ਦਿੰਨੇ ਵਸ ਦੂਸਰੇ ਦੇ ਸਿਰ ਤੋਂ ਡਬਿੰਗ ਕਰਦੀ ਗਾਣੇ ਦੀ ਤੁਹਾਨੂੰ ਵਧੀਆ ਫੀਲ ਹੋਇਆ ਡਬਿੰਗ ਵਗੈਰਾ ਕਰਕੇ ਹਾਂ ਡਬਿੰਗ ਦੇ ਵਿੱਚ ਬਹੁਤ ਵਧੀਆ ਫੀਲ ਹੋਇਆ ਕਿ ਉਸਨੇ ਜੋ ਇਸ ਤਰ੍ਹਾਂ ਉਸਨੇ ਮਿਊਜ਼ਿਕ ਦਿੱਤਾ ਹੋਰ ਆਪਣਾ ਜੋ ਉਸਨੇ ਡਬਿੰਗ ਕਰਵਾਈ ਜਾਂ ਗੋਆਇਆ ਬਹੁਤ ਵਧੀਆ ਵਧੀਆ ਲੱਗਿਆ ਜੋ ਜਿਸ ਤਰ੍ਹਾਂ ਆਪਾਂ ਉਸ ਗਾਣੇ ਦੇ ਉੱਪਰ ਖਰੇ ਉੱtre ओके। ਜਿਹਾ ਜਿਹੜਾ ਲਿਖਿਆ ਸੀਗਾ ਉਸ ਤਰ੍ਹਾਂ ਹੀ ਬਸ ਉਸ ਨੂੰ ਤੁਸੀਂ ਉਦਾਂ ਹੀ ਗਾਇਆ ਜਿੱਦਾਂ ਤੁਸੀਂ ਸੋਚਿਆ ਸੀਗਾ ਜੋ ਸੋਚ ਕੇ ਲਿਖਿਆ ਸੀਗਾ। ਹਾਂ ਜੀ ਮੈਡਮ ਜਿਸ ਤਰ੍ਹਾਂ ਸੋਚਿਆ ਸੀ ਨਾ ਵੀ ਇਸ ਤਰ੍ਹਾਂ ਵੀ ਇਹ ਗਾਣਾ ਬੰਨਣਾ ਚਾਹੀਦਾ ਵੀ ਆਮ ਵੀ ਇੱਕ ਸਭਿਆਚਾਰਕ ਦੇ ਵਿੱਚ ਵੀ ਆ ਜਾਏ ਔਰ ਲੋਕਾਂ ਦੇ ਵਿੱਚ ਪਹਿਚਾਣ ਵੀ ਬਣਾਵੇ ਗਾਣਾ। ਰਾਈਟ। ਵੀ ਉਸ ਤਰ੍ਹਾਂ ਔਰ ਵਧੀਆ ਮੈਂ ਜਿਕੇ ਮਣ ਕੇ ਔਰ ਸੁਣੂ ਫਰਮਾਇਆ ਗਿਆ। ਫਰਮਾਇਆ ਵੀ ਗਿਆ ਜੌਨੀ ਭਾਜੀ ਕਮਲਪ੍ਰੀਤ ਜੀ ਨੇ। ਮੈਂ ਵੀਡੀਓ ਸ਼ੂਟ ਦੇ ਉੱਪਰ ਹੀ ਆ ਰਹੀ ਸੀ ਸਰ ਉਹਦੇ ਵਿੱਚ ਤਾਂ ਤੁਸੀਂ ਭੰਗੜਾ ਵੀ ਪਾਇਆ। ਹਾਂਜੀ ਹੈ ਨਾ ਮਾਡਲ ਦੇ ਨਾਲ ਵੀ ਪੰਗੜਾ ਪਾਇਆ ਪਿੱਛੇ ਸਾਰੇ ਬੈਕਗ੍ਰਾਉਂਡ ਆਨਸਰਸ 'ਚ ਆਪਾਂ ਵੱਖਰੇ ਦਿਖ ਰਿਆਂ ਹੈ ਤੇ ਉਹ ਪੰਗੜਾ ਪਾਣਾ ਤੁਹਾਡੇ ਵਰਗੇ ਵਾਸਤੇ ਕਿ ਮਤਲਬ ਇੰਨੇ ਤੁਸੀਂ ਛਾਏ ਹੋ ਆਪਣੇ ਆਪ 'ਚ ਰਹਿਣ ਵਾਲੇ ਹੋ ਹੈਨਾ ਹਾਂਜੀ ਘੱਟ ਬੋਲਦੇ ਹੋ ਤੇ ਉਹ ਪੰਗੜਾ ਪਾਣਾ ਤੇ ਉਹ ਸਾਰਾ ਉਹਦੇ 'ਚ ਟਾਈਮ ਜ਼ਿਆਦਾ ਲੱਗਾ ਸੀਗਾ ਕਿ ਆਪਾਂ ਉਹ ਹੋ ਗਏ ਸੀ ਨਹੀਂ ਮੈਡਮ ਉਹ ਬਸ ਉਹ ਕਮਲਪ੍ਰੀਤ ਜੀ ਹੈ ਜੋ ਉਹਨਾਂ ਕੇ ਵਾਸਤੇ ਕਿ ਟੀਮ ਐ ਕੈਸੀ ਜੋ ਟੀਮ ਹੀ ਆਪਾਂ ਨੂੰ ਐਸੀ ਮਿਲ ਜੇ ਨਾ ਉਹ ਟੀਮ ਦੇ ਨਾਲ ਹੀ ਐਸਾ ਹੋ ਜਾਂਦਾ ਕੋਲ ਮਿਲ ਜਾਂਦਾ ਵੰਦਾ ਔਰ ਆਪਣਾ ਆਪਣੇ ਆਪ ਹੀ ਅੰਦਰੋਂ ਹੀ ਫਿਰ ਜੋ ਜੋ ਹੁੰਦਾ ਆਪਣੇ ਆਪ ਹੀ ਹੁੰਦਾ ਮੀ ਤੁਸੀ ਸਰਬਾਤਮਾ ਦੀ ਕਿਰਪਾ ਨਾਲ ਜੋ ਹੋਇਆ ਵੀ ਉਸ ਤਰ੍ਹਾਂ ਹੀ ਉਹ ਵਧੀਆ ਹੋਇਆ ਬਹੁਤ ਅੱਛੀ ਪਰਫਾਰਮੈਂਸ ਆ ਉਹਦੇ ਵਿੱਚ ਹੈ ਨਾ ਮੈਂ ਐਕਸਪੈਕਟ ਕਰ ਰਹੀ ਸੀ ਮੈਂ ਗਾਣਾ ਦੇਖ ਕੇ ਆਈ ਮੈਂ ਕਿਹਾ ਸਰ ਨੇ ਜਿੱਦਾਂ ਹੈ ਨਾ ਕਿ ਕਾਫੀ ਭੰਗੜਾ ਪੁੰਗੜਾ ਪਾਇਆ ਹੋਇਆ ਮੈਂ ਪੁੱਛੂਗੀ ਉਹਨਾਂ ਨੂੰ ਕਿ ਕਿਵੇਂ ਦਾ ਲੱਗਿਆ ਭੰਗੜਾ ਪਾਉਣਾ ਐਂਡ ਆਲ ਦੈਟ ਤੇ ਜਿੱਦਾਂ ਸਾਰਿਆਂ ਦੇ ਨਾਲ ਰਲ ਕੇ ਤੁਸੀਂ ਕੰਮ ਕੀਤਾ ਉਹਦੇ ਵਿੱਚ ਵੀਡੀਓ ਆਈ ਤੁਹਾਡੀ ਫਿਰ ਤੁਸੀਂ ਪਹਿਲੇ ਦੱਸ ਰਹੇ ਹੋ ਕਿ ਡਬਿੰਗ ਦੇ ਵਿੱਚ ਵੀ ਤੁਹਾਡੀ ਬਹੁਤ ਹੈਲਪ ਕੀਤੀ ਗਈ ਤੇ ਕੈਮਰਾ ਫੇਸ ਕਰਨਾ ਇੱਕ ਸਿੰਗਰ ਵਾਸਤੇ ਥੋੜਾ ਕਹਿੰਦੇ ਕਿ ਔਖਾ ਹੁੰਦਾ ਹੈ ਤੁਹਾਡੇ ਵਾਸਤੇ ਕਿਵੇਂ ਸੀਗਾ ਕੈਮਰਾ ਫੇਸ ਕਰਨਾ ਇਸ ਤੋਂ ਪਹਿਲਾਂ ਤੁਸੀਂ ਇੱਕ ਹੋਰ ਗਾਣਾ ਵੀ ਕਰ ਚੁੱਕੇ ਹੋ ਬਟ ਇਹ ਬੀਟ Song ਹੈ ਪੰਗੜਾ ਪਾਉਣਾ ਯੂ نو ਡਾਂਸ ਕਰਨਾ ਇੱਕ ਵੱਖਰੀ ਗੱਲ ਹੁੰਦੀ ਕੈਮਰਾ ਦੇ ਉੱਪਰ ਜੀ ਮੈਡਮ ਹਮ ਲੇਕਿਨ ਇਸ ਦੇ ਵਿੱਚ ਕੋਈ ਟੀਮ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਜੋ ਟੀਮ ਹੈ ਨਾ ਆਪਣ ਨੂੰ ਆਪਣ ਨੂੰ ਕਿਵੇਂ ਮੈਨੇਜ ਕਰ ਰਹੀ ਹੈ ਜੇ ਜੋ ਉਸ ਉਸੇ ਟੀਮ ਦੇ ਉੱਤੇ ਖੇਲਦਾ ਸਾਰਾ ਸਿਸਟਮ ਕਿਉਂਕਿ ਇਸ ਨੇ ਜੋ ਪੰਗੜਾ ਪਾਇਆ ਜਾਂ ਜੋ ਵੀ ਮੇਰੇ ਜਿੱਕੇ ਦੇ ਹਿਸਾਬ ਨਾਲ ਜੋ ਗਾਣਾ ਵੀ ਉਸ ਹਿਸਾਬ ਨਾਲ ਬੀਟ Song ਸੀਗਾ ਔਰ ਆਪਣੇ ਆਪ ਹੀ ਪੈਰਫੈਕਟ ਦੇ ਆ ਜਦ ਆਪਾਂ ਕੋਈ ਐਸਾ ਬੀਟ Song ਸੁਣਦੇ ਆ ਤੋ ਵਧੀਆ ਲੱਗਿਆ ਉਹ ਕੋਈ ਉਸ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਔਰ ਵਧੀਆ ਕੰਮ ਕੀਤਾ ਤੁਸੀਂ ਆਪਣੇ ਵੀਡੀਓ ਡਾਇਰੈਕਟਰ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਮੈਨੂੰ ਉਹ ਤਾਂ ਇੱਕ ਵੱਡੇ ਭਾਈ ਜਿਹੇ ਐ ਉਹ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ ਔਰ ਜੋ ਫਿਲਮ ਆਇਆ ਹੈ ਫਿਲਮਾਕ ਨੇ ਕੀਤਾ ਜਾਂ ਉਸਨੇ ਕੋਈ ਗਾਈਡ ਲੈ ਸਕੀ ਤੀ ਬਹੁਤ ਵਧੀਆ ਦਿੱਤੀ ਉਸਨ ਆਬ ਸਾਹਿਬ ਨਾਲ ਹੀ ਇਹ ਗਾਣਾ ਕਿ ਇਸ ਤੱਕ ਪਹੁੰਚ ਗਏ ਚਲੋ ਸਰ ਇੱਕ ਗਾਣਾ ਤੇ ਅੱਗੇ ਹੋਰ ਵੀ ਬਹੁਤ ਜਗ੍ਹਾ ਤੇ ਜਾਣਾ ਵੈ ਪਰ ਮੈਂ ਤੁਹਾਨੂੰ ਬਿਨਾ ਇਸ ਗਾਣੇ ਨੂੰ ਗਾਏ ਤੇ ਕਿਤੇ ਜਾਣ ਨਹੀਂ ਦੇਣਾ ਤੁਹਾਨੂੰ ਦੋ ਲਾਈਨਾਂ ਸਾਨੂੰ ਸੁਣਾਉਣੀਆਂ ਪੈਣਗੀਆਂ ਕਿਊਟ ਸਮਾਈਲ ਦੀ ਹਾਂਜੀ ਹਾਂਜੀ ਜ਼ਰੂਰ ਜੀ ਹਰ ਜਿੰਨਾ ਚਲਾਈ ਬਾਹਾਂ ਚ ਵਾਹ ਪਾ ਕੇ ਜੇ ਕੱਲੀ ਨੱਚੇ ਸੰਗ ਲੱਗਦੀ ਥੈਂਕ ਯੂ ਸੋ ਮੱਚ ਸੁਖਰਾਜ ਜੀ लवली Song ਮੈਨੂੰ ਲੱਗ ਰਿਹਾ ਹੁਣ ਪਤਾ ਕਿ ਕਿਉਂ ਲੋਕਾਂ ਨੂੰ ਪਸੰਦ ਆ ਰਿਹਾ ਬੜਾ ਕਿਊਟ ਜਿਹਾ Song ਹੈ ਹੈਨਾ ਜਿੱਦਾਂ ਤੁਹਾਡਾ ਨਾਮ ਹੈ ਜੀ ਥੈਂਕ ਯੂ ਸੋ ਮੱਚ ਔਨ that note ਪਰ ਇਹ ਸਭ ਗੱਲਾਂ ਜੇ ਆਪਾਂ ਸਾਈਡ ਤੇ ਰੱਖ ਦਈਏ ਤੇ ਤੁਹਾਡਾ ਜਿਹੜਾ ਮੇਨ ਕੀਤਾ ਉਹ ਸਿੰਗਿੰਗ ਨਹੀਂ ਹੈ ਜੀ ਤੁਹਾਡਾ ਬਿਜ਼ਨਸ ਕੋਈ ਹੋਰ ਹੈ ਤੇ ਉਸ ਦੂਸਰੇ ਬਿਜ਼ਨਸ ਨੂੰ ਜੋ ਕਿ ਮੈਂ ਚਾਹੁੰਨੀ ਹਾਂ ਕਿ ਤੁਸੀਂ ਆਪ ਦੱਸੋ ਆਡੀਅנס ਨੂੰ ਕਿ ਤੁਸੀਂ ਕੀ ਕੰਮ ਕਰਦੇ ਹੋ ਉਦੇ ਹੋਣ ਦੇ ਬਾਵਜੂਦ ਤੁਸੀਂ ਇੱਧਰ ਸਿੰਗਿੰਗ ਵਾਲਾ ਤੁਹਾਡਾ ਰੁਝਾਨ ਕਿਵੇਂ ਪਿਆ ਬਿਜ਼ਨਸ ਇੱਕ ਲਗ ਚੀਜ਼ ਹੈ ਜੀ ਉਹ ਆਪਣਾ ਜੋ ਵੀ ਰਾਇਸਦਾ ਲੇਕਿਨ ਉਸ ਤੋਂ ਪਹਿਲਾਂ ਇਹ ਸ਼ੌਂਕ ਸੀਗਾ ਜਦੋਂ ਪੜਦੇ ਸੀਗੇ ਬੋਲ ਜਾਂਦੇ ਸੀਗੇ ਵਗੈਰਾ ਉਦੋਂ ਸ਼ੌਂਕ ਸੀਗਾ ਉਹਨਾਂ ਦਾ ਵੀ ਚਲੋ ਵੀ ਅਸੀਂ ਵੀ ਕੁਝ ਬਣੀ ਉਹ ਮੰਨ ਸਾਹਿਬ ਦੇ ਗਾਣੇ ਕਾਫੀ ਸੁਨੇ ਗੁਰਦਾ ਮੰਨ ਸਾਹਿਬ ਦੇ ਔਰ ਛੌਂਕ ਜਿੰਦਾ ਰਹਿਣਗੇ ਤਾਂ ਆਪਣੇ ਤੇ એનર્ਜੀ ਵੀ ਰਹੂਗੀ ਆਪਾਂ ਬਿਜ਼ਨਸ ਜੋ ਵੀ ਬਿਜ਼ਨਸ ਆਪਾਂ ਕਰਨਾ ਕੋਈ ਵੀ ਬਿਜ਼ਨਸ ਕਰਨਾ ਹੈ ਉਹ ਆਪਾਂ ਕਰਦੇ ਰਵਾਂਗੇ ਨਾਲ ਨਾਲ ਕੋਈ ਦਿੱਕਤ ਨਹੀਂ ਆਊਗੀ ਉਹਦੇ ਵਿੱਚ ਕੁਝ ਵੀ ਕਰੋ ਲੇਕਿਨ ਆਪਣੇ ਸ਼ੌਂਕ ਨਾ ਮਾਰੋ ਸ਼ੌਂਕ ਜਿੰਦਾ ਰੱਖੋ ਅਗਰ ਸ਼ੌਂਕ ਜਿੰਦਾ ਹੈ ਤਾਂ ਆਪਾਂ ਵੀ ਜਿੰਦਾ ਹੈ ਰਾਈਟ ਕਿਉਂਕਿ ਸ਼ੌਂਕ ਦੇ ਨਾਲ ਹੀ ਆਪਣੀ ਬਾਡੀ ਹੈ ਜੋ ਆਪਣੀ ਇਹ ਕੰਮ ਕਰ ਰਹੀ ਹੈ ਵੀ ਸ਼ੌਂਕ ਹੈ ਤਾਂ ਆਪਣੇ ਨਾਲ ਹੈ ਕੋਈ ਟੈਨਸ਼ਨ ਨਹੀਂ ਹੈ ਵੈਰੀ ਵੈਲ ਸੈਟ ਸਰ ਕਿ ਸ਼ੌਂਕ ਹੈ ਨਹੀਂ ਤੇ ਅਸੀਂ ਜ਼ਿੰਦਾ ਆ ਸਾਡੀ ਬਾਡੀ ਜਿਹੜੀ ਉਹ ਕੰਮ ਕਰਦੀ ਰਹਿੰਦੀ ਹੈ ਸਾਡਾ ਦਿਮਾਗ ਵੀ ਤਾਂ ਹੀ ਕੰਮ ਕਰਦਾ ਰਹਿੰਦਾ ਉਹਨੂੰ ਰਿਫਰੈਸ਼ਮੈਂਟਲੀ ਤਾਜ਼ਾ ਹੋਣ ਲਈ ਕੋਈ ਨਾ ਕੁਝ ਚਾਹੀਦਾ ਜ਼ਰੂਰ ਹੈ ਪਰ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਸ਼ੌਂਕ ਨੂੰ ਨਾ ਘਰ ਵਾਲੇ ਕਦੀ ਜ਼ਿਆਦਾ ਤਵੱਜੋ ਨਹੀਂ ਦਿੰਦੇ ਤੇ ਤੁਹਾਡੇ ਮੈਂ ਪੁੱਛਣਾ ਚਾਹਨੀ ਆ ਫੈਮਿਲੀ ਦੀ ਸਪੋਰਟ ਕਿੱਦਾਂ ਦੀ ਰਹੀ ਪੈਰੈਂਟਸ ਦੀ ਸਪੋਰਟ ਆਸ-ਪਾਸੇ ਜਿਹੜੇ ਲੋਕ ਸੀਗੇ ਫਰੈਂਡਸ ਦੀ ਕਿੱਦਾਂ ਦੀ ਰਹੀ ਉਹ ਸਪੋਰਟ ਜਦੋਂ ਤੁਸੀਂ ਆਪਣੇ ਸ਼ੌਂਕ ਵੱਲ ਤੁਰਨਾ ਸ਼ੁਰੂ ਕਰਤਾ ਫੈਮਿਲੀ ਸਪੋਰਟ ਤਾਂ ਦੇਖੋ ਜੀ ਸਾਰੇ ਕੰਮ ਦੇ ਵਿੱਚ ਤਾਂ ਹੈ ਸਭ ਜੋ ਬਿਜ਼ਨਸ ਹੈ ਜਾਂ ਜੋ ਵੀ ਹੈ ਹੋਰ ਕੰਮ ਕਰ ਲੋ ਹਾਂ ਇਹਦੇ ਵਿੱਚ ਥੋੜਾ ਜਾਂ ਉਹਨਾਂ ਨੂੰ ਪ੍ਰੋਬਲਮ ਤਾਂ ਹੈ ਇਸੇ ਵੀ ਹਾਂ ਵੀ ਇਹਦੇ ਵਿੱਚ ਨਹੀਂ ਜਾਣਾ ਵੀ ਜੇ ਵੀ ਆਪਨੇ ਲਈ ਸਹੀ ਨਹੀਂ ਆਇਆ ਫਿਰ ਵੀ ਜੇ ਵੈਸੇ ਅਨਸਾਤ ਦਿੱਤਾ ਫੈਮਿਲੀ ਦਾ ਅਗਰ ਆਪਾਂ ਨੂੰ ਫੈਮਿਲੀ ਸਾਥ ਦੇ ਰਹੀ ਆ ਆਪਣਾ ਸ਼ੌਕ ਹੈ ਤਾਂ ਆਪਾਂ ਪਿੱਛੇ ਨਹੀਂ ਹਟ ਸਕਦੇ ਚਲੋ ਆਪਾਂ ਨੂੰ ਵਧਣ ਦੇ ਲਈ ਅੱਗੇ ਮੌਤ ਜਾਉਂਗਾ ਮਿਲ ਜਾਂਦੀਆਂ ਜਿਸ ਤਰ੍ਹਾਂ ਵੀ ਅੱਗੇ ਦੀ ਅੱਗੇ ਮਿਲਦਾ ਹੀ ਰਹਿੰਦਾ ਹੈ ਰਾਈਟ ਤੁਸੀਂ ਅੱਗੇ ਵਧਦੇ ਰਹਿੰਦੇ ਹੋ ਅੱਗੇ ਵਧਦੇ ਰਹਿੰਦੇ ਹੋ ਜੇ ਫੈਮਿਲੀ ਤੋਂ ਅਗਰ ਫੈਮਿਲੀ ਅਗਰ ਸਾਥ ਦਿੰਦੀ ਹੈ ਚਲੋ ਫੈਮਿਲੀ ਨੇ ਵੀ ਸਾਥ ਦਿੱਤਾ ਕੋਈ ਦਿੱਕਤ ਨਹੀਂ ਆਈ ਔਰ ਆਪਣਾ ਬਿਜ਼ਨਸ ਵੀ ਚੱਲਦਾ ਰਿਹਾ ਉਸ ਦੇ ਵਿੱਚ ਸ਼ੌਂਕ ਦੇ ਵਿੱਚ ਜਾਮੇਡਿਕ ਦੇ ਵਿੱਚ ਵੀ ਆ ਥੋੜਾ ਥੋੜਾ ਟਾਈਮ ਦਿੰਦਾ ਰਿਹਾ ਟਾਈਮ ਦੇ ਨਾਲ ਹੀ ਅੱਗੇ ਵੱਧ ਰਿਹਾ ਸੀਗਾ ਔਰ ਹੋਲੀ ਥੋੜਾ ਬਹੁਤ ਲਿਖ ਲੈਣੇ ਆ ਜੋ ਪਰਮਾਤਮਾ ਨੇ ਬਖਸ਼ਿਆ ਬਹੁਤ ਵਧੀਆ ਇੱਕ ਗੱਲ ਹੈ ਤੁਹਾਡੀ ਕਿ ਤੁਸੀਂ ਇਹ ਗੱਲ ਬਾਰ ਬਾਰ ਕਹਿ ਰਹੇ ਹੋ ਕਿ ਤੁਸੀਂ ਕਦੀ ਵੀ ਕਿਸੇ ਚੀਜ਼ ਨੂੰ ਛੱਡਿਆ ਨਹੀਂ ਹੈਨਾ ਕਿ ਜੇ ਆਪਣਾ ਸ਼ੌਂਕ ਪਗਾਉਣ ਲਈ ਤੁਸੀਂ ਕਦੀ ਬਿਜ਼ਨਸ ਨੂੰ ਨਹੀਂ ਛੱਡਿਆ ਤੇ ਨਾ ਹੀ ਕਦੀ ਆਪਣੇ ਸ਼ੌਂਕ ਨੂੰ ਛੱਡਿਆ ਤੁਸੀਂ ਬਿਜ਼ਨਸ ਕਰਨ ਵਾਸਤੇ which is ਬਹੁਤ ਵਧੀਆ ਗੱਲ ਹੈ ਬਹੁਤ ਰੇਅਰ ਗੱਲ ਹੈ ਬਹੁਤੇ ਕਿਤੇ ਲੋਕ ਹੁੰਦੇ ਨੇ ਕਿ ਜੇ ਜੇ ਮੈਂ ਹੁਣ ਸਿੰਗਰ ਬਣਨਾ ਤੇ ਮੈਂ ਕੋਈ ਦੂਜਾ ਕੰਮ ਨਹੀਂ ਕਰਨਾ ਹੈ ਨਾ ਤੇ ਇੱਕ ਗਾਣਾ ਤੁਹਾਡਾ ਹੋਰ ਹੈ ਡ੍ਰੀਮ ਉਹ ਗਾਣਾ ਉਹ ਵੀ ਰੋਮਾਂਟਿਕ ਹੈ ਗਾਣਾ ਉਹ ਵੀ ਯੂ نو ਉਨਪਾਪੂਲਰ Song ਕਹਿ ਸਕਦੇ ਆ ਪੌਪ ਕਹਿ ਸਕਦੇ ਆ ਪਰ ਉਹ ਇੱਕ ਸੌਫਟ ਰੋਮਾਂਟਿਕ ਗਾਣਾ ਹੈ ਤੇ ਉਸ ਗਾਣੇ ਦਾ ਐਕਸਪੀਰੀਅੰਸ ਕਿਵੇਂ ਦਾ ਸੀਗਾ ਉਹ ਗਾਣਾ ਬਹੁਤ ਵਧੀਆ ਗਾਣਾ ਬਣਿਆ ਜੀ ਉਹ ਉਸ ਨੇ ਕਾਫੀ ਪਹਿਚਾਨ ਬਣਾਈ ਉਸ ਗਾਣੇ ਨੇ ਔਰ ਲੋਕਾਂ ਨੇ ਬਹੁਤ ਪਸੰਦ ਕੀਤਾ ਉਹਦਾ ਜੋ ਡਾਇਰੈਕਸ਼ਨ ਭਾਈ ਜੀ ਨੇ ਕੀਤੀ ਮਤਲਬ ਕਿ ਆਪਣਾ ਕਮਲਪ੍ਰੀਤ ਜੀ ਨੇ ਔਰ ਮਿਊਜ਼ਿਕ ਦਾ ਸਹਿਨਾਜ ਜੀ ਨੇ ਕੀ ਤਸੀਰ ਹੁੰਦਾ ਵੀ ਰਾਈਟ ਰਾਈਟ ਔਰ ਲਿਖਿਆ ਵੀ ਮੈਂ ਖੁਦ ਹੀ ਲਿਖਿਆ ਸੀ ਉਹ ਜੀ ਔਰ ਬਹੁਤ ਵਧੀਆ ਸਪਿਰਿਟ ਰਿਹਾ ਉਸਦਾ ਔਰ ਵਧੀਆ ਲੋਕਾਂ ਨੇ ਪਸੰਦ ਕੀਤਾ ਔਰ ਅਜੇ ਵੀ ਚੱਲ ਰਿਹਾ ਉਹ ਜੀ ਅਜੇ ਤਾਂ ਥੋੜੇ ਟਾਈਮ ਤੋਂ ਪਹਿਲਾਂ ਹੀ ਆਇਆ ਗਾਣਾ ਉਹ ਔਰ ਵਧੀਆ ਲੋਕ ਰਿਸਪੌਂਸ ਦੇ ਰਹੇ ਆ ਤੇ ਰਿਸਪੌਂਸ ਤੇ ਤੁਹਾਨੂੰ ਵਧੀਆ ਮਿਲ ਰਿਹਾ ਤੁਹਾਡੇ ਦੋਨਾਂ ਗਾਣਿਆਂ ਵਾਸਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਤੇ ਕਿੰਦਾ ਦਾ ਮਹਿਸੂਸ ਹੁੰਦਾ ਹੈ ਕਿ ਹੁਣ ਤੁਹਾਨੂੰ ਜੇ ਕਿਤੇ ਤੁਸੀਂ ਜਾਂਦੇ ਹੋ ਹੋਰ ਕਿਤੇ ਨਹੀਂ ਬੰਦਾ ਆਪਣੇ ਪਿੰਡ ਹੀ ਵਾਪਸ ਜਾਂਦਾ ਹੈ ਜਾਂ ਘਰ ਹੀ ਵਾਪਸ ਜਾਂਦਾ ਤੇ ਆਸ-ਪਾਸ ਦੇ ਲੋਕਾਂ ਦਾ ਜਿਹੜਾ ਰਵਈਆ ਹੁੰਦਾ ਉਹੀ ਬਦਲ ਜਾਂਦਾ ਤੇ ਉਹ ਇਦਾਂ ਦਾ ਤੁਸੀਂ ਕੁਝ ਐਕਸਪੀਰੀਅੰਸ ਕੀਤਾ ਹੋਏ ਕਿ ਜੀ ਮੈਂ ਕਿਤੇ ਗਿਆ ਤੇ ਮੈਨੂੰ ਪਛਾਣਿਆ ਕਿਸੇ ਨੇ ਜਾਂ ਕਿਸੇ ਘਰ ਕਿਸੇ ਰਿਸ਼ਤੇਦਾਰ ਨੇ ਫੋਨ ਕਰਕੇ ਕਿਹਾ ਹੋਏ ਕਿ ਬਈ ਯੂ نو ਸਾਨੂੰ ਤੇਰੇ ਤੇ ਮਾਣ ਹੈ ਕੋਈ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਹੋਏ ਤੁਹਾਡੇ ਨਾਲ ਨਾ ਨਾ ਬਹੁਤ ਮਾਣ ਦਿੱਤਾ ਜੀ ਸੈਲਰਿੰਗ ਇੰਡਸਟਰੀ ਦੇ ਵਿੱਚ ਆਪਣਾ ਮੈਂ ਕਾਫੀ ਆਪਣਾ ਰਾਈਸ ਮਿਲ ਦੇ ਵਿੱਚ ਹੋਰ ਸਭ ਨੇ ਬਹੁਤ ਜਿਆਦਾ ਸਪੋਰਟ ਕੀਤੀ ਹਾਂਜੀ ਔਰ ਮਾਣ ਹੈ ਉਹਨਾਂ ਨੂੰ ਟੋਹਾਣੇ ਦਾ ਵੀ ਹਾਂ ਇੱਕ ਟੋਹਾਣੇ ਤੋਂ ਵੀ ਆਪਣੇ ਨਾਮ ਉੱਚਾ ਕਰ ਰਿਹਾ ਆਪਣੇ ਇਲਾਕੇ ਦਾ ਆਪਣੇ ਹਰਿਆਣੇ ਦਾ ਤੁਹਾਡੇ ਲਈ ਸਰ ਇੱਕ ਗੱਲ ਹੋਰ ਵੀ ਬਹੁਤ ਵਧੀਆ ਬਿਲੋਂਗ ਤੁਸੀਂ ਪੰਜਾਬ ਨੂੰ ਕਰਦੇ ਹੋ ਕੰਮ ਤੁਹਾਡਾ ਹਰਿਆਣੇ ਚ ਹੈ ਤੇ ਤੁਹਾਨੂੰ ਤਾਂ ਦੋਨਾਂ ਪਾਸੇ ਤੋਂ ਬਹੁਤ ਪਿਆਰ ਮਿਲਦਾ ਤੇ ਇਸੇ ਪਿਆਰ ਨੂੰ ਬਰਕਰਾਰ ਰੱਖਦੇ ਹੋਏ ਜੇ ਮੈਂ ਇੱਕ ਹੋਰ ਰਿਕਵੈਸਟ ਤੁਹਾਡੇ ਤੋਂ ਕਰ ਲਵਾਂ ਕਿ ਤੁਸੀਂ ਸਾਨੂੰ ਪਲੀਜ਼ ਡ੍ਰੀਮ ਗਾਣੇ ਦੀਆਂ ਦੋ ਲਾਈਨਾਂ ਸੁਣਾ ਦਿਓ ਰਾਤੀ ਮੈਨੂੰ ਸੁਪਨਾ ਆਇਆ ਆ ਸੁਪਨੇ ਵਿੱਚ ਤੂੰ ਆਣ ਜਗਾਇਆ ਯਾਰ ਆ ਤੂੰ ਤੇ ਬਹੁਤ ਰਲਾਇਆ ਸਮਝੇ ਨਾ ਦਿਲ ਸਮਝਾ ਇਹ ਬਿਲਕੁਲ ਹੀ ਅਲੱਗ ਗਾਣਾ ਹੈ ਜੀ ਕਿਊਟ ਸਮਾਈਲ ਤੋਂ ਆ ਰੋਮਾਂਟਿਕ ਸੌਫਟ ਰੋਮਾਂਟਿਕ ਗਾਣਾ ਜਿਹੜਾ ਤੁਸੀਂ ਕੀਤਾ ਔਰ ਇਸੇ ਤਰ੍ਹਾਂ ਹੀ ਇਹਦੀ ਵੀਡੀਓ ਵੀ ਬਿਲਕੁਲ ਅਲੱਗ ਹੈ ਉਹਦੇ ਜਿਹਨੂੰ ਆਪਾਂ ਅੱਜਕੱਲ ਕਹਿੰਦੇ ਨੇ ਐਸਥੈਟਿਕਸ ਵੀ ਅਲੱਗ ਨੇ ਬਿਲਕੁਲ ਤੁਸੀਂ ਬੜੇ ਹੀ ਸੋਹਣੇ ਜਿਹੇ ਮਾਹੌਲ ਦੇ ਵਿੱਚ ਇੱਕ ਗਾਣਾ ਸ਼ੂਟ ਕੀਤਾ ਹਾਂ ਇਹਦੇ 'ਚ ਕੋਈ ਭੰਗੜਾ ਪੁੰਗੜਾ ਨਹੀਂ ਹੈ ਇਹਦੇ 'ਚ ਥੋੜੀ ਬਹੁਤ ਐਕਟਿੰਗ ਕਰਨੀ ਪਈ ਹੈ ਹਾਂ ਉਹ ਦੱਸੋ ਕਿਵੇਂ ਦਾ ਲੱਗਿਆ ਤੁਹਾਨੂੰ ਇਦਾਂ ਸਿੰਗਰਜ਼ ਵਾਸਤੇ ਨਾ ਐਕਟਿੰਗ ਕਰਨਾ ਬੜਾ ਕਈਆਂ ਨੂੰ ਬੜਾ ਸ਼ੌਂਕ ਹੁੰਦਾ ਹੈ ਬਟ ਕਈ ਸ਼ਰਮਾਉਂਦੇ ਨੇ ਤੁਸੀਂ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਜੋ ਗਾਣਾ ਲਿਖਿਆ ਉਹ ਆਪਾਂ ਖੁਦ ਲਿਖਿਆ ਹੋਵੇ ਜਿਸਨੇ ਉਹ ਖੁਦ ਲਿਖਦਾ ਤਾਂ ਉਸ ਦੇ ਵਿੱਚ ਉਹ ਰੋਲ ਦੇ ਵਿੱਚ ਵੀ ਉਹਵੇਂ ਢਲ ਜਾਂਦਾ ਵੀ ਹਾਂ ਜਿਸ ਤਰ੍ਹਾਂ ਵੀ ਇਹ ਲਿਖਿਆ ਉਹਵੇਂ ਉਸ ਤਰ੍ਹਾਂ ਹੀ ਉਸ ਨੂੰ ਫਿਰ ਮਾਕਣ ਕੀਤਾ ਗਿਆ ਤਾਂ ਉਹ ਬਾਕੀ ਪਾਜੀ ਕਮਲਪ੍ਰੀਤ ਜੀ ਨੇ ਜੋ ਡਾਇਰੈਕਟਰ ਕੀਤਾ ਗਾਣਾ ਨੀ ਤੁਸੀਂ ਇੱਕ ਬਹੁਤ ਵਧੀਆ ਗੱਲ ਗਈ ਕਿਉਂਕਿ ਤੁਸੀਂ ਲਿਖਿਆ ਆਪ ਐ ਤੇ ਤੁਹਾਨੂੰ ਉਸ ਕੈਰੈਕਟਰ ਦੀ ਜੋ ਉਹ ਜੋ ਗਾਣਾ गा ਰਿਹਾ ਉਹਦੇ ਤੁਹਾਨੂੰ ਫੀਲਿੰਗਸ ਦਾ ਪਤਾ ਹੈ ਤੇ ਆਈ ਥਿੰਕ ਉਹ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਹੈ ਕਿ ਜਦੋਂ ਪਤਾ ਹੈ ਕਿ ਗਾਣਾ ਮੈਂ ਕੀ ਕਹਿਣਾ ਚਾ ਰਿਹਾ ਹਾਂ ਲਿਰਿਸਟ ਆਪ ਹੋਵੇ ਤੇ ਫਿਰ ਤੁਹਾਡੀ ਐਕਟਿੰਗ ਵੀ ਉਨੀ ਹੀ ਵਧੀਆ ਬਾਹਰ ਨਿਕਲ ਕੇ ਆਉਂਦੀ ਹੈ ਤੇ ਇਹ ਗਾਣੇ ਦੇ ਵਿੱਚ ਮੈਨੂੰ ਇਹਨਾਂ ਦੱਸੋ ਪਹਿਲਾਂ ਹਨਾ ਕਿ ਕੈਮਰੇ ਦੇ ਨਾਲ ਤੁਹਾਨੂੰ ਦੋਸਤੀ ਕਰਨ ਦੇ ਵਿੱਚ ਕਿੰਨਾ ਟਾਈਮ ਲੱਗਾ ਇਸ ਗਾਣੇ ਦੇ ਵਿੱਚ ਉਹਦੇ ਚ ਤੇ ਚਲੋ ਪੰਗੜਾ ਟੀਮ ਹੈ ਨਾ ਬੰਦਾ ਕਹਿੰਦਾ ਕਿ ਇਸ ਸਟੈਪ ਤੋਂ ਬਾਅਦ ਮੈਂ ਉਹ ਕਰਨਾ ਇਹਦੇ ਵਿੱਚ ਕਿਦਾਂ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ ਕੈਮਰੇ ਦੇ ਨਾਲ ਓਕੇ ਹੋਣ ਨੂੰ ਇਹਦੇ ਵਿੱਚ ਮੈਂ ਜ਼ਿਆਦਾ ਟਾਈਮ ਨਹੀਂ ਲੱਗਿਆ ਇਹਦੇ ਵਿੱਚ ਕਿਉਂਕਿ ਪਹਿਲਾਂ ਹੀ ਇਸ ਦੇ ਵਿੱਚ ਗਾਣੇ ਦੇ ਵਿੱਚ ਇੱਕ ਕੁਲੇ ਹੋਏ ਸੀ ਕਿਉਂਕਿ ਲਿਖਿਆ ਹੋਇਆ ਸੀਗਾ ਉਸ ਤਰ੍ਹਾਂ ਦਾ ਲਿਖਿਆ ਸੀਗਾ ਉਸ ਤਰ੍ਹਾਂ ਦਾ ਐਕਸਪੀਰੀਅੰਸ ਸੀਗਾ ਵੀ ਹਾਂ ਇਸ ਤਰ੍ਹਾਂ ਦਾ ਗਾਣਾ ਇਹ ਫਿਰ ਮਾਇਆ ਜਾਊਗਾ ਇਸ ਤਰ੍ਹਾਂ ਦਾ ਫਰਮਾ ਕੇ ਹੋਊਗਾ ਔਰ ਉਸੇ ਹਿਸਾਬ ਨਾਲ ਕੋਈ ਟਾਈਮ ਰੇ ਦੀ ਕੋਈ ਪ੍ਰੋਬਲਮ ਨਹੀਂ ਆਈ ਔਰ ਬਹੁਤ ਵਧੀਆ ਸਪੀਰੈਂਸ ਰਿਹਾ ਵੀ ਬਹੁਤ ਹੀ ਠੀਕ ਰਿਹਾ ਸਪੀਰੈਂਸ ਚਲੋ ਠੀਕ ਹੈ ਸਰ ਮੈਂ ਤਾਂ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਤੁਹਾਨੂੰ ਥੋੜਾ ਟਾਈਮ ਹੀ ਲੱਗਦਾ ਕੈਮਰਾ ਨਾਲ ਫ੍ਰੈਂਡਲੀ ਹੋਣ ਵਾਸਤੇ ਔਨ 댓 ਨੋਟ ਸੁਖਰਾਜ ਜੀ ਸਿੰਗਿੰਗ ਬਿਜ਼ਨਸ ਦੇ ਨਾਲ ਨਾਲ ਮੈਂ ਸੁਣਿਆ ਕਿ ਤੁਸੀਂ ਫਿਟਨੈਸ ਦੇ ਮਾਮਲੇ 'ਚ ਵੀ ਬਹੁਤ ਆਪਣੇ ਆਪ ਨੂੰ ਯੂ نو ਅਪ ਟੂ ਡੇਟ ਰੱਖਦੇ ਹੋ ਤੁਹਾਨੂੰ ਬਹੁਤ ਸ਼ੌਂਕ ਹੈ ਫਿਟਨੈਸ ਦਾ ਵੀ ਤੁਸੀਂ ਜਿਮ ਵੀ ਰੈਗੂਲਰਲੀ ਜਾਂਦੇ ਹੋ ਇੰਨਾ ਕੁਝ ਕਰਦੇ ਹੋ ਤੁਸੀਂ ਬਿਜ਼ਨਸ ਸਿੰਗਿੰਗ ਲਿਖਦੇ ਵੀ ਉਹ ਗਾਣਾ ਫਿਰ ਤੁਸੀਂ ਉਹਦੇ ਵਿੱਚ ਮਾਡਲ ਵੀ ਆਪ ਹੀ ਹੁੰਦੇ ਹੋ রাইਟ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਮੈਨੇਜਮੈਂਟ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਤੁਸੀਂ ਆਪਣਾ ਸਮਾਂ ਕਿਵੇਂ ਡਿਵਾਈਡ ਕਰਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਿਵੇਂ ਉਹਨੂੰ ਮਤਲਬ ਕਿ ਇਕੁਅਲੀ ਤਕਸੀਮ ਕਰਦੇ ਹੋ ਕਿ ਉਹ ਸਾਰੀਆਂ ਚੀਜ਼ਾਂ ਕੋਈ ਵੀ ਚੀਜ਼ ਪਿੱਛੇ ਨਾ ਰਹੇ ਹਾਂਜੀ ਇਹ ਸ਼ੁਰੂਆਤ ਜੋ ਮਾਰਨਿੰਗ ਦੀ ਸ਼ੁਰੂਆਤ ਹੈ ਜੀ ਸ਼ੁਰਤੋਂ ਪਰਮਾਤਮਾ ਦੇ ਨਾਮ ਤੋਂ ਸ਼ੁਰੂ ਹੁੰਦੀ ਹੈ ਹਮ ਹਮ ਸਵੇਰ 3-4 ਵਜੇ ਉੱਠਣਾ 3-4 ਵਜੇ ਉੱਠ ਕੇ ਸੇਮਰਨ ਕਰਨਾ ਗੁਰਦੁਆਰਾ ਸਾਹਿਬ ਸੇਵਾ ਸੇਵਨ ਕਰਨਾ ਆ ਕੇ ਫਿਰ ਆਪਣਾ ਉਸ ਤੋਂ ਬਾਅਦ ਰਿਆਜ ਕਰਨਾ ਕਰ ਰਾਈਟ ਉਸ ਤੋਂ ਬਾਅਦ ਸੈਲਰ ਬਿジネス ਦਾ ਕੰਮ ਫਿਰ ਚੱਲਣਾ ਬਸ ਉਸ ਤੋਂ ਬਾਅਦ ਸ਼ੁਰੂਆਤ ਇਹ ਜੋ ਕਿ ਸ਼ੁਰੂਆਤ ਵਧੀਆ ਹੋਈ ਫਿਰ ਆਪਣੇ ਆਪ ਹੀ ਬਿジネス ਵੀ ਦੇਖਣਾ ਔਰ ਸਭ ਤੋਂ ਵੱਡੀ ਚੀਜ਼ ਤਾਂ ਇਹ ਵੀ ਸੰਗੀਤ ਦੇ ਵਿੱਚ ਥੋੜਾ ਜੋ ਵੀ ਜੁੜੇ ਹੈ ਸੰਗੀਤ ਦੇ ਨਾਲ ਤਾਂ ਉਹ ਆਪਣੇ ਆਪ ਹੀ ਫਰੈਸ਼ ਹੋ ਜਾਂਦਾ ਨਾ ਜੀ ਜੀ ਔਰ ਆਪਣੇ ਆਪ ਹੀ ਸਭ ਮੈਨੇਜਮੈਂਟ ਆਪਣੇ ਆਪ ਹੀ ਚੱਲਦਾ ਰਹਿੰਦਾ ਉਹ ਕੋ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਅਗਲਾ ਸਵਾਲ ਤੁਹਾਡੇ ਤੋਂ ਇਹੀ ਹੈ ਕਿ ਜਿਹੜੀ ਤੁਹਾਡੇ ਨਾਲ ਟੀਮ ਕੰਮ ਕਰਦੀ ਹੈ ਜਿਹੜੇ ਵੀਡੀਓ ਡਾਇਰੈਕਟਰ ਨੇ 뮤직 ਡਾਇਰੈਕਟਰਸ ਨੇ ਐਂਡ ਐਵਰੀਬਾਡੀ ਜੋ ਵੀ ਤੁਹਾਡੇ ਨਾਲ ਜੁੜ ਕੇ ਕੰਮ ਕਰਦੇ ਨੇ ਉਹ ਤੁਹਾਨੂੰ ਕਿਦਾਂ ਮਦਦ ਕਰਦੇ ਨੇ ਕਿ ਤੁਸੀਂ ਆਪਣਾ ਇਹ ਸਾਰਾ ਜਿਹੜਾ ਇੰਨਾ ਬਿਜ਼ੀ ਸ케ਡਿਊਲ ਹੈ ਉਹਨੂੰ ਮੈਨੇਜ ਕਰ ਸਕੋ ਜੋ ਟੀਮ ਹੈ ਟੀਮ ਮਿਲਣੀ ਇੱਕ ਬਹੁਤ ਮੁਸ਼ਕਲ ਨਾਲ ਹੀ ਟੀਮ ਵਧੀਆ ਟੀਮ ਮਿਲਦੀ ਹੈ ਜਿਸ ਨਾਲ ਆਪਾਂ ਕੰਮ ਕਰ ਸਕੀ ਜੀ ਉਹਕੇ ਟੀਮ ਦਾ ਹੀ ਰੋਲ ਹੈ ਜੋ ਆਪਾਂ ਨੂੰ ਅੱਗੇ ਪਹੁੰਚਾ ਸਕਦਾ ਅਗਰ ਆਪਣੀ ਬੜੀਆ ਟੀਮ ਹੈ ਟੀਮ ਦੇ ਨਾਲ ਆਪਾਂ ਮਿਲ ਕੇ ਚੱਲ ਸਕਦੇ ਹਾਂ ਕਿਉਂਕਿ ਕਹਿੰਦੇ ਵੀ ਪੁਰਾਣੇ ਦੋਸਤ ਹੀ ਕੰਮ ਆਉਂਦੇ ਆ ਜੋ ਪੁਰਾਣੇ ਵਾਸਤੋਂ ਜੋ ਪਹਿਲਾਂ ਤੋਂ ਬਣੇ ਹੋਏ ਸੀਗੇ ਦੋਸਤ ਸੀਗੇ ਪੁਰਾਣੇ ਫਰੈਂਡ ਹੈ ਉਹਨਾਂ ਦੇ ਕਰਕੇ ਹੀ ਮੈਂ ਥੋੜਾ ਅੱਗੇ ਵਧਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਸਾਰਾ ਦਿਨ ਜਾਂ ਤੋਂ ਬਿਜ਼ਨਸ ਦੇ ਵਿੱਚ ਰਹਿਣਾ ਉਹ ਮਿਲ ਨਹੀਂ ਸਕਦਾ ਸੀ ਔਰ ਹਰਿਆਣੇ ਦੇ ਵਿੱਚ ਥੋੜਾ ਵੀ ਜੋ ਸਿੰਘੀ ਗਾਜਾ ਪੰਜਾਬੀ ਸਿੰਘਾਉ ਅਜੇ ਨਹੀਂ ਹੈ ਇਤਨੀ ਵੀ ਜੋ ਆਪਾਂ ਨੂੰ ਇੱਕ ਟੋਹਾਣਾ ਇਲਾਕਾ ਹੋ ਗਿਆ ਉੱਥੇ ਨਹੀਂ ਹੈ ਮਿਲ ਸਕਦੇ ਜੋ ਆਪਾਂ ਨੂੰ ਅੱਗੇ ਟੀਮ ਨਹੀਂ ਮਿਲ ਸਕਦੀ ਹੋਰ ਪੰਜਾਬ ਆਉ ਸਹੂਲਤਾ ਨਹੀਂ ਹੈਗੀਆਂ ਉੱਥਿਆਂ ਦੀ ਉਸ ਕਾਰਨ ਉਹ ਚਲੋ ਇਹਨਾਂ ਨੇ ਦਵਾਨਾ ਸਾਹਿਬ ਨੇ ਅੱਗੇ ਨਾ ਟੀਮ ਲਾਈ ਚਲੋ ਸਰ ਤੁਹਾਨੂੰ देर ਨਾਲ ਮਿਲੀ ਪਰ ਇੰਨੀ ਵਧੀਆ ਟੀਮ ਮਿਲੀ ਹੈ ਜੋ ਤੁਹਾਨੂੰ ਇੰਨਾ ਸਪੋਰਟ ਕਰਦੀ ਹੈ ਤੇ ਮੇਰਾ ਅਗਲਾ ਸਵਾਲ ਇਹ ਹੈ ਕਿ ਹੁਣ ਤੁਸੀਂ ਜਿੱਦਾਂ ਦੋ ਗਾਣੇ ਆ ਚੁੱਕੇ ਨੇ ਅੱਗੇ ਵੀ ਸਿੰਗਿੰਗ ਨੂੰ ਕੰਟੀਨਿਊ ਕਰਨਾ ਚਾਹੋਗੇ ਗਾਣੇ ਕੱਢਦੇ ਰਹੋਗੇ ਤੁਸੀਂ ਕੀ ਪਲਾਨ ਕੀ ਹੈ ਤੁਹਾਡਾ ਫਿਊਚਰ ਦਾ ਆਪਣੀ ਗਾਇਕੀ ਨੂੰ ਲੈ ਕੇ ਜੋ ਹੈ ਸਿੰਗਿੰਗ ਆਲੱਗ-ਅਲੱਗ ਤਰ੍ਹਾਂ ਦੇ ਚਲੋ ਗਾਰੇ ਆ ਵੀ ਸਿੰਗਿੰਗ ਲੇਖਕ ਜੋ ਰਾਈਟਰ ਹੈ ਲਿਖ ਰਹੇ ਆ ਗਾਰੇ ਆ ਲੇਕਿਨ ਮੈਂ ਜੋ ਚੋਣਾ ਵੀ ਬੜਾ ਵਧੀਆ ਲਿਖਾਂ ਜੋ ਲੋਕਾਂ ਨੂੰ ਲੋਕਾਂ ਤੱਕ ਪਹੁੰਚੇ ਜੋ ਆਪਣੀ ਹਕੀਕਤ ਲਿਖਾਂ ਜੋ ਲੋਕਾਂ ਦੇ ਵਿੱਚ ਪਹੁੰਚੇ ਉਹ ਜੋ ਆਪਣਾ ਨੂੰ ਚਾਹੀਦਾ ਹੈ ਜਾਂ ਆਪਣੋ ਜੋ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਹੋ ਰਿਹਾ ਹੈ ਵੀ ਅੱਗੇ ਵੀ ਆਪਣੇ ਲਈ ਵਧੀਆ ਹੋਵੇ ਜਾਂ ਕੋਈ ਵਧੀਆ ਲਿਖਣਾ ਚਾਹਣਾ ਵੀ ਜੋ ਲੋਕਾਂ ਨੂੰ ਪਸੰਦ ਆਵੇ ਯੂਰ ਸਮਾਈਲ ਤੋਂ ਬਾਅਦ ਕਿੱਧਰ ਗਈ ਇੱਕ Song ਹੈ ਬੜੀਆ ਬਹੁਤ ਵਧੀਆ Song ਰਿਐਕਸ਼ਨ ਵੀ ਕੀਤਾ ਹੈ ਉਹਨਾਂ ਭਾਜੀ ਨੇ ਔਰ ਲਿਖਿਆ ਵੀ ਮੈਂ ਖੁਦ ਹੈ ਓਕੇ ਓਕੇ ਔਰ ਬਹੁਤ ਵਧੀਆ ਸੁਣਾਗਾ ਉਹ ਵੀ ਅੱਛਾ ਸਰ ਤੁਸੀਂ ਇੱਕ ਲਿਖਾਰੀ ਹੋ ਲਿਰਿਸਿਸਟ ਹਲੇ ਤੱਕ ਤੇ ਤੁਸੀਂ ਆਪਣੇ ਲਈ ਹੀ ਗਾਣੇ ਲਿਖੇ ਨੇ ਕੀ ਕੋਈ ਐਸਾ ਕੋਈ ਸਿੰਗਰ ਹੋਏਗਾ ਕੋਈ ਕਲਾਕਾਰ ਹੋਏਗਾ ਜਿੰਨੂੰ ਤੁਸੀਂ ਗਾਣਾ ਲਿਖ ਕੇ ਦੇਣਾ ਚਾਹੁੰਦੇ ਤੁਹਾਡਾ ਸੁਪਨਾ ਹੈ ਕਿ ਇਹ ਸਿੰਗਰ ਜਿਹੜਾ ਉਹ ਮੇਰਾ ਲਿਖਿਆ ਹੋਇਆ ਗਾਣਾ ਗਾਏ ਇਦਾਂ ਦਾ ਕੋਈ ਹੈ ਮੈਂ ਹਜੇ ਖੁਦ ਇਹ ਹੀ ਲਿਖ ਕੇ ਗਾਉਣਾ ਚਾਹਣਾ ਵੀ ਜੋ ਵੀ ਮੈਂ ਜੋ ਲਿਖਾਂ ਵੀ ਉਹ ਮੈਂ ਖੁਦ ਵੀ ਉਸ ਦੇ ਉੱਤੇ ਖੜਾ ਉਤਰਾਂ ਇੱਕ ਪਹਿਲਾਂ ਤਾਂ ਰਾਈਟ ਵੀ ਜੋ ਲੋਕਾਂ ਨੂੰ ਪਸੰਦ ਆਵੇ ਵੀ ਹਾਂ ਵਧੀਆ ਲਿਖਿਆ ਸਾਰਾ ਘਰ ਪਰਿਵਾਰ ਬੈਠ ਕੇ ਸੁਣ ਸਕੇ ਔਰ ਜੋ ਹੈ ਨਾ ਜੋ ਮੇਰੇ ਪਹਿਲਾਂ ਵਾਲੇ ਸੰਗਾਂ ਨੂੰ ਪਿਆਰ ਦੇ ਰਿਹਾ ਲੋਕੋ ਮਨਨ ਉਹ ਮੈਂ ਹੋਰ ਕਹਿਣਾ ਵੀ ਮੇਰੇ ਅਗਲੇ ਗਾਣੇ ਜੋ ਆ ਰਹੇ ਹਨ ਉਹਨਾਂ ਨੂੰ ਸਪੋਰਟ ਕਰਨ ਰਾਈਟ ਸਰ ਤੁਹਾਡੇ ਫਿਊਚਰ ਪਲਾਨਸ ਜਿਹੜੇ ਨੇ ਉਹਨਾਂ ਵਾਸਤੇ ਤੁਹਾਨੂੰ ਬਹੁਤ 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 ਵੈਲ ਵਿਸ਼ਸ ਸਾਡੇ ਸਾਰਿਆਂ ਵੱਲੋਂ ਕਿ ਤੁਸੀਂ ਬਹੁਤ ਤਰੱਕੀ ਕਰੋ ਐਂਡ ਕਿਊਟ ਸਮਾਈਲ ਨੂੰ ਜੋ ਪਿਆਰ ਮਿਲ ਰਿਹਾ ਔਰ ਡ੍ਰੀਮ ਨੂੰ ਜੋ ਪਿਆਰ ਮਿਲ ਰਿਹਾ ਲਗਾਤਾਰ ਉਹ ਅੱਗੇ ਇਦਾਂ ਹੀ ਬਰਕਰਾਰ ਰਹੇ ਤੁਹਾਡੇ ਸਾਰੇ ਫਿਊਚਰ ਪ੍ਰੋਜੈਕਟਸ ਵਾਸਤੇ ਸਾਡੇ ਸਾਰਿਆਂ ਵੱਲੋਂ ਪੀਟੀਸੀ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਗੇ ਵਾਸਤੇ ਵੀ ਤੁਹਾਨੂੰ ਬਹੁਤ ਬਹੁਤ ਵੈਲ ਵਿਸ਼ਸ ਥੈਂਕ ਯੂ ਸੋ ਮੱਚ ਸਰ ਇਸ ਸ਼ੋ ਦਾ ਹਿੱਸਾ ਬਣਨ ਲਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੋ ਏ ਸੀ ਜੀ ਸੁਖਰਾਜ ਮਾਨ ਜੀ ਜਿਨ੍ਹਾਂ ਦਾ ਗਾਣਾ ਕਿਊਟ ਸਮਾਈਲ YouTube ਦੇ ਉੱਪਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਆਉਣ ਵਾਲੇ ਗਾਣੇ ਵੀ ਇਸੇ ਤਰ੍ਹਾਂ ਹਿਟ ਰਹਿਣਗੇ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਐਪੀਸੋਡ ਦੇ ਵਿੱਚ ਇੱਕ ਹੋਰ ਸਿਤਾਰੇ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ